ਦੇਖ ਪਿੰਦੀ ਏ ਆ ਸਾਡੀ ਜਗੀਰੋ ਦੀਆਂ ਫੋਟੋਆਂ ਪਰੋਣਾ ਨਾ ਉਹਨੂੰ ਆਸਟ੍ਰੇਲੀਆ ਘਮਾਉਣ ਲੈ ਕੇ ਗਿਆ ਹੋਇਆ ਅਸੀਂ ਤਾਂ ਪਿਛਲੇ ਜਨਮ ਚ ਨਾ ਮੋਤੀਪੁੰਨ ਕੀਤੇ ਹੋਣੇ ਆ ਜਿਹੜਾ ਸਾਨੂੰ ਇੰਨਾ ਵਧੀਆ ਪਰੋਣਾ ਮਿਲਿਆ ਉਹ ਤਾਂ ਉਹਦੇ ਤੋਂ ਬਿਨਾ ਸਾਹ ਨਹੀਂ ਲੈਂਦਾ ਹੈਗਾ ਹਾਏ ਮੈਂ ਮਰ ਜਾ ਆਪਣੀ ਜਗੀਰੋ ਦਾ ਜੀਨ ਵਿੱਚ ਕਿੰਨੀ ਸੋਹਣੀ ਲੱਗਦੀ ਆ ਥੂ ਥੂ ਨਜ਼ਰ ਨਾ ਲੱਗ ਜਵੇ ਮੇਰੀ ਕੁੜੀ ਨੂੰ ਮੈਂ ਤਾਂ ਨਾ ਚਾਹ ਪੱਤੀ ਫੋਨ ਤੋਂ ਦੀ ਵਾਰ ਕੇ ਨਾ ਨਜ਼ਰ ਉਤਾਰ ਕੇ ਆਉਣੀ ਆ ਆ ਤਾਂ ਤੇਰੀ ਗੱਲ ਸਹੀ ਆ ਧੀਆਂ ਤਾਂ ਨਜ਼ਰ ਬਹੁਤ ਛੇਤੀ ਲੱਗਦੀ ਆ ਕਰਮਾਂ ਵਾਲੀਆਂ ਹੁੰਦੀਆਂ ਨੇ ਉਹ ਧੀਆਂ ਜਿਹੜੀਆਂ ਸਹੁਰੇ ਘਰੇ ਰਾਜ ਕਰਦੀਆਂ ਨੇ ਤੇ ਨਾਲੇ ਮਾਪਿਆਂ ਦੇ ਨਾ ਕਾਲਜੇ ਠੰਡ ਪੈਂਦੀ ਆ ਉਹਨਾਂ ਨੂੰ ਦੇਖ ਕੇ ਆ ਦੇਖ ਦੇਖ ਕਿਵੇਂ ਹੱਸਣ ਲੱਗੀ ਹੋਈ ਆ ਐਦਾਂ ਹੀ ਤਾਂ ਨਜ਼ਰਾਂ ਲਵਾਉਂਦੀ ਆ ਇਹ ਪਿੰਦੀਏ ਮੈਂ ਵੀ ਇਹ ਫੋਟੋ ਆ ਨਾ ਆਪਣੇ ਸਟੇਟਸ ਤੇ ਪਾਵਾਂ ਪਰ ਮੈਨੂੰ ਪਤਾ ਨਹੀਂ ਲੱਗਦਾ ਇਹ ਕਿਵੇਂ ਪਾਵਾਂ ਮੈਂ ਵੀ ਤਾਂ ਸਟੇਟਸ ਪਾਉਣੇ ਆਪਣੀ ਕਾਕੀ ਤੋਂ ਹੀ ਸਿੱਖੇ ਆ ਲੈ ਸੋਚੀ ਕੀ ਜਾਨੀ ਆ ਫਿਰ ਪਾ ਦੇ ਇਹਦੇ ਤੇ ਸਟੇਟਸ ਮੈਨੂੰ ਦੂਜੇ ਦੇ ਫੋਨ ਤੇ ਪਾਉਣੇ ਨਹੀਂ ਆਉਂਦੇ ਹਾਂ ਉਹ ਸਕਰੀਨਸ਼ਾਟ ਲੈ ਕੇ ਪਾ ਦਿੰਨੀ ਆ ਮੈਂ ਲੈ ਆ ਜਿਹੜਾ ਤੂੰ ਕਹਿਨੀ ਆ ਕਰਤਾ ਇਹਦੇ ਤੇ ਪਾ ਦੇ ਸਟੇਟਸ ਇਹਦੀ ਨਹੀਂ ਮੈਨੂੰ ਸਮਝ ਲੱਗਦੀ ਗੈਬੀ ਨੂੰ ਆਵਾਜ਼ ਮਾਰ ਗੈਬੀ ਹਾਂਜੀ ਮੰਮੀ ਜੀ ਆ ਦੇਖੀ ਅੱਜ ਜੀਰੋ ਦੀਆਂ ਫੋਟੋ ਆਈਆਂ ਨੇ ਬੜੀਆਂ ਸੋਹਣੀਆਂ ਆ ਪਤਾ ਨਹੀਂ ਕੀ ਪਿੰਦੀ ਕਹਿੰਦੀ ਆ ਸ਼ਾਰਟ ਸ਼ੂਟ ਜੇ ਲੈ ਕੇ ਇਹਨੂੰ ਮੇਰੇ ਸਟੇਟਸ ਤੇ ਦਾ ਪਾ ਦੇ ਅੱਛਾ ਆ ਮਾਸੀ ਜੀ ਸਕਰੀਨਸ਼ਾਟ ਦੀ ਗੱਲ ਕਰਦੇ ਹੋਣੇ ਆ ਆ ਮੈਂ ਵੀ ਦੇਖ ਲੀਆਂ ਸੀਗੀਆਂ ਜਗੀਰੋ ਦੀਆਂ ਆਹ ਜੀਨ ਟੌਪ ਵਾਲੀਆਂ ਫੋਟੋਆਂ ਕਿੱਡੀ ਸੋਹਣੀ ਲੱਗਦੀ ਆ ਮੇਰੀ ਧੀ ਜੀਨ ਟੌਪ ਦੇ ਵਿੱਚ ਬਸ ਆਹੀ ਆਹੀ ਪਾ ਦੇ ਸਟੇਟਸ 'ਚ ਮੰਮੀ ਮੈਂ ਪਾ ਤਾਂ ਦਿੰਨੀ ਆ ਪਰ ਫਿਰ ਆਹ ਰਿਸ਼ਤੇਦਾਰ ਕੀ ਕਹਿਣਗੇ ਵੀ ਆ ਇਹਨਾਂ ਦੀ ਕੁੜੀ ਕੀ ਪਾਈ ਫਿਰਦੀ ਆ ਆ ਜੀਨ ਟੌਪ ਮੈਨੂੰ ਨਹੀਂ ਪਰਵਾਹ ਕਿਸੇ ਦੀ ਜਿਹੜਾ ਕੋਈ ਕੁਝ ਕਹਿੰਦਾ ਕਹੀ ਜਾਵੇ ਤੂੰ ਪਾ ਜਿਹੜਾ ਕੁਝ ਮੈਂ ਕਹਿਣੀ ਆ ਨੀ ਗੈਬੀ ਹਾਂਜੀ ਮੰਮੀ ਜੀ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਆ ਕੀ ਜਲੂਸ ਕਢਾਇਆ ਸਾਡਾ ਕੀ ਹੋ ਗਿਆ ਮੰਮੀ ਓ ਇਹ ਤਾਂ ਮੇਰੇ ਉਹ ਸ਼ਿਮਲੇ ਵਾਲੀਆਂ ਫੋਟੋਆਂ ਤੇ ਵੀਡੀਓਜ਼ ਨੇ ਮੈਂ ਸਟੇਟਸ ਤੇ ਪਾਈਆਂ ਹੋਈਆਂ ਨੇ ਉਹ ਤਾਂ ਮੈਂ ਵੀ ਦੇਖ ਲਿਆ ਮੈਂ ਅੰਨੀ ਨਹੀਂ ਹੈਗੀ ਸਟੇਟਸ ਤੇ ਪਾਉਣ ਤੋਂ ਪਹਿਲਾਂ ਸਾਡੀ ਇੱਜ਼ਤ ਬਾਰੇ ਤਾਂ ਸੋਚ ਲੈਣੀ ਲੈ ਲੋਕਾਂ ਨੂੰ ਦਿਖਾਉਣੀਆਂ ਬਾਲੀਆਂ ਜ਼ਰੂਰੀ ਸੀਗੀਆਂ ਇਹ ਫਿਰ ਕੀ ਹੋ ਗਿਆ ਮੰਮੀ ਨਾਲੇ ਜਦੋਂ ਬੰਦਾ ਆ ਬਾਹਰ ਘੁੰਮਣ ਫਿਰਨ ਜਾਂਦਾ ਆ ਸਟੇਟਸ ਤਾਂ ਪਾ ਹੀ ਦਿੰਦਾ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਘੁੰਮ ਕੇ ਆਏ ਨੇ ਪਹਿਲੀ ਗੱਲ ਤਾਂ ਇਹ ਆ ਵੀ ਜਾਣਾ ਐਡਾ ਕੋਈ ਜ਼ਰੂਰੀ ਨਹੀਂ ਸੀਗਾ ਐਵੇਂ ਪੈਸੇ ਫੁੱਕਦੇ ਫਿਰਦੇ ਹੋ ਘਰ ਨੂੰ ਜੋੜਨਾ ਸਿੱਖੋ ਪਾਈ ਪਾਈ ਕਰਕੇ ਹੀ ਘਰ ਜੁੜਦੇ ਹੁੰਦੇ ਆ ਜੇ ਅਸੀਂ ਵੀ ਤੁਹਾਡੇ ਵਾਂਗੂ ਉਜਾੜਦੇ ਹੁੰਦੇ ਨਾ ਹੁਣ ਤੱਕ ਕਿਰਾਇਆ ਤੇ ਹੀ ਧੱਕੇ ਖਾਣੇ ਸੀਗੇ ਆ ਬਣਿਆ ਬਣਾਇਆ ਮਿਲ ਗਿਆ ਨਾ ਤੁਹਾਨੂੰ ਤਾਂ ਹੀ ਪੈਸਿਆਂ ਨੂੰ ਫੂਕਦੇ ਫਿਰਦੇ ਹੋ ਤੁਸੀਂ ਨਾ ਆ ਕੀ ਆ ਢੰਗ ਦਾ ਕੋਈ ਕੱਪੜਾ ਨਹੀਂ ਮਿਲਿਆ ਤੈਨੂੰ ਜੀਨ ਟੌਪ ਪਾ ਕੇ ਫੋਟੋ ਖਿਚਾਉਂਦੀ ਫਿਰਦੀ ਆ ਆਪਣਾ ਨਾਂ ਸਹੀ ਸਾਡਾ ਤਾਂ ਸੋਚ ਲੈਂਦੀ ਕਿ ਉਹ ਸਾਡੇ ਖਾਨਦਾਨ ਦੀ ਇੱਜ਼ਤ ਮਿੱਟੀ 'ਚ ਮਲਾਉਣ ਲੱਗੀ ਹੋਈ ਆ ਮੰਮੀ ਪਲੀਜ਼ ਆ ਇਦਾਂ ਦੀਆਂ ਗੱਲਾਂ ਕਰਕੇ ਮਨ ਨੂੰ ਨਾ ਦੁਖੀ ਨਾ ਕਰੋ ਨਾਲੇ ਉਹ ਕਹਿੰਦੇ ਆ ਨਾ ਵੀ ਰੋਟੀ ਵੀ ਇੱਕ ਪਾਸੇ ਪਈ ਸੜ ਜਾਂਦੀ ਆ ਬੰਦਾ ਬਾਹਰ ਘੁੰਮ ਫਿਰ ਕੇ ਫਰੈਸ਼ ਹੋ ਜਾਂਦਾ ਇਹ ਤਾਂ ਸਭ ਕਹਿਣ ਦੀਆਂ ਗੱਲਾਂ ਨੇ ਚੁੱਪ ਕਰਕੇ ਸਾਰੇ ਸਟੇਟਸ ਡਿਲੀਟ ਕਰ ਦੇ ਮੈਨੂੰ ਇਹ ਹੁਣ ਦਿਸਣੇ ਨਹੀਂ ਚਾਹੀਦੇ ਹੈਗੇ ਕੀ ਸੋਚੀ ਜਾਨੀ ਆ ਕਿਉਂ ਐਵੇਂ ਟਲੀ ਜਾਨੀ ਆ ਪਾ ਦੇ ਸਟੇਟਸ ਉਹ ਤਾਂ ਮੈਂ ਪਾ ਹੀ ਦਿੰਨੀ ਆ ਪਰ ਤੁਸੀਂ ਉਹ ਵੀ ਟਾਈਮ ਯਾਦ ਕਰ ਲਓ ਮੰਮੀ ਜਦੋਂ ਅਸੀਂ ਸ਼ਿਮਲੇ ਘੁੰਮਣ ਗਏ ਸੀ ਤੇ ਮੈਂ ਉੱਥੇ ਕਿਵੇਂ ਚਾਚਾ ਚ ਆਪਦੇ ਸਟੇਟਸ ਪਾਤੇ ਸੀ ਆਪਦੀ ਜੀਨ ਟੌਪ ਵਾਲੇ ਤੇ ਤੁਸੀਂ ਘਰ ਚ ਕਿੰਨਾ ਪਛਾਣ ਲਿਆਂਦਾ ਸੀ ਤੇ ਸੇਮ ਓਵੇਂ ਦੇ ਸਟੇਟਸ ਹੁਣ ਜਦੋਂ ਤੁਹਾਡੀ ਧੀ ਨੇ ਪਾਇਆ ਤਾਂ ਤੁਹਾਡੇ ਕੋਲੋਂ ਚਾਹ ਹੀ ਨਹੀਂ ਸੰਭਿਆ ਜਾਂਦਾ ਫੜ ਲੈ ਮੇਰੀ ਧੀ ਨੂੰ ਬਕਵਾਸ ਨਾ ਕਰ ਆਪਣੀ ਹੱਦ ਚ ਹੀ ਰਹਿ ਤੈਨੂੰ ਕੀ ਸਾੜਾ ਮੇਰੀ ਧੀ ਨਾਲ ਤੂੰ ਕੀ ਮੁਕਾਬਲਾ ਕਰ ਲੈਗੀ ਮੇਰੀ ਧੀ ਦਾ ਮੁੱਕਦੀ ਗੱਲ ਇਹ ਆ ਵੀ ਤੇਰੇ ਤੋਂ ਮੇਰੀ ਧੀ ਦੀਆਂ ਖੁਸ਼ੀਆਂ ਨਹੀਂ ਬਰਦਾਸ਼ਤ ਹੁੰਦੀਆਂ ਤੇ ਫਿਰ ਮੰਮੀ ਆ ਤੁਹਾਡੀ ਨੂੰਹ ਤੇ ਪੁੱਤ ਦੀਆਂ ਖੁਸ਼ੀਆਂ ਕਿੱਥੇ ਬਸ ਆਹੀ ਫਰਕ ਹੁੰਦਾ ਆ ਧੀ ਜਵਾਈ ਤੇ ਨੌ ਪੁੱਤ ਚ ਧੀ ਜਵਾਈ ਆਪਣੇ ਬਣ ਜਾਂਦੇ ਨੇ ਤੇ ਨੌ ਪੁੱਤ ਬਗਾਨੇ ਜੇ ਜਵਾਈ ਧੀ ਨੂੰ ਖੁਸ਼ ਰੱਖਦਾ ਤੇ ਕਮਾਉਂਦਾ ਫਰਾਉਂਦਾ ਤਾਂ ਧੀ ਰਾਜ ਕਰਦੀ ਆ ਤੇ ਜੇ ਪੁੱਤ ਨੂੰ ਉਹਨੂੰ ਕਮਾਉਂਦਾ ਤਾਂ ਪੁੱਤ ਲਾਈ ਲੱਗਾ ਤੇ ਨੂੰਹ ਪੈਸੇ ਉਜਾੜਦੀ ਆ ਐਦਾਂ ਦੀ ਦੋਗਲੀ ਸੋਚ ਕਿਉਂ ਜੇ ਧੀ ਜਵਾਈ ਨੂੰ ਜ਼ਿੰਦਗੀ ਜਿਉਣ ਦਾ ਹੱਕ ਆ ਖੁਸ਼ ਹੋਣ ਦਾ ਹੱਕ ਆ ਤਾਂ ਫਿਰ ਨੌ ਪੁੱਤ ਨੂੰ ਕਿਉਂ ਨਹੀਂ ਘਰਾਂ ਵਿੱਚ ਅੱਧੇ ਤੋਂ ਵੱਧ ਪੁਆੜੇ ਤਾਂ ਇਸੇ ਗੱਲ ਦੇ ਹੁੰਦੇ ਆ ਵੀ ਧੀ ਤੇ ਨੌ 'ਚ ਫਰਕ ਕੀਤਾ ਜਾਂਦਾ ਧੀ ਨੂੰ ਪਿਆਰ ਤੇ ਨੌ ਨੂੰ ਦਰਕਾਰ ਬੇਬੇ ਮੇਰਾ ਕਹਿੰਦਾ ਸਾਰੀਆਂ ਗੱਲਾਂ ਦਾ ਅਰਕ ਕੱਢ ਕੇ ਗੈਬੀ ਨੇ ਆਪਣੇ ਮੂਹਰੇ ਰੱਖ ਹੀ ਦਿੱਤਾ ਵੀ ਜੇ ਜਗੀਰੋ ਭੈਣ ਦੇ ਸਹੁਰੇ ਤੇ ਉਹਦਾ ਘਰ ਵਾਲਾ ਇੰਨਾ ਚੰਗਾ ਤੇ ਆਪਾਂ ਫਿਰ ਉਹਨਾਂ ਵਰਗੇ ਚੰਗੇ ਬਣਨ ਦੀ ਕੋਸ਼ਿਸ਼ ਵੀ ਨਹੀਂ ਕਰ ਸਕਦੇ ਤੇ ਜੇ ਤੁਸੀਂ ਸਾਰੇ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਸਾਨੂੰ ਕਮੈਂਟਸ ਕਰਕੇ ਜ਼ਰੂਰ ਦੱਸਿਓ।